ਸ਼੍ਰੀਮਤੀ ਐਸਐਸਪੀ ਸਾਹਿਬ ਅਵਨੀਤ ਕੁੰਡਲ ਜੀ, ਆਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅਸੀਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ਦੀ ਸਰਚ ਕਰ ਰਹੇ ਹਾਂ। ਰੇਲਵੇ ਸਟੇਸ਼ਨਾਂ 'ਤੇ ਅੱਜ ਸਾਰੇ ਪੰਜਾਬ 'ਚ ਸਰਚ ਚੱਲ ਰਹੀ ਹੈ ਵੀ ਤਾਂ ਕਿ ਕੋਈ ਮਾੜਾ ਅਨਸਰ ਆ ਕੇ ਰੇਲਵੇ ਸਟੇਸ਼ਨਾਂ 'ਤੇ ਕੋਈ ਚੀਜ਼ ਇਹੋ ਜਿਹੀ ਨਾ ਰੱਖ ਦੇ, ਗੈਰ ਵਸਤੂ ਚੀਜ਼ ਜਿਹਦੇ ਨਾਲ ਪਬਲਿਕ ਦਾ ਕਿਸੇ ਦਾ ਨੁਕਸਾਨ ਹੋ ਸਕੇ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਵੀ ਲੋਕ ਬਿਨਾਂ ਡਰ ਭੈਅ ਤੋਂ ਵੋਟ ਪਾ ਸਕਣ, ਇਸ ਕਰਕੇ ਅਸੀਂ ਅੱਜ ਰੇਲਵੇ ਸਟੇਸ਼ਨ ਸਾਰਾ ਚੈੱਕ ਕੀਤਾ ਹੈਗਾ। ਸਰ ਕੁਛ ਕੋਈ ਇਸ ਤਰ੍ਹਾਂ ਰਿਕਵਰੀ ਵਗੈਰਾ ਕੁਛ ਅਜੇ ਕੋਈ ਸਾਹਮਣੇ ਆਇਆ ਕੁਛ? ਨਹੀਂ ਅਜੇ ਨਹੀਂ, ਅਜੇ ਓਪਰੇਸ਼ਨ ਸਾਡਾ ਚੱਲ ਰਿਹਾ। ਜਿਵੇਂ ਇੱਥੇ ਖੰਡਰ ਕੁਆਟਰ ਬਣੇ ਪਏ ਨੇ, ਖੰਡਰ ਗੋਦਾਮ ਬਣੇ ਪਏ ਨੇ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ, ਸਰਚ ਕਰ ਰਹੇ ਹਾਂ, ਕੋਈ ਉੱਥੇ ਵੀ ਮਾੜਾ ਅਨਸਰ ਨਾ ਬੈਠਾ ਹੋਵੇ, ਕੋਈ ਨਸ਼ੇ ਵਾਲਾ ਨਾ ਹੋਵੇ, ਇਸ ਕਰਕੇ ਅਸੀਂ ਸਾਰੇ ਪਾਸੇ ਇਸ ਦੀ ਸਰਚ ਕਰ ਰਹੇ ਹਾਂ। ਸ਼੍ਰੀਮਤੀ ਐਸਐਸਪੀ ਸਾਹਿਬ ਅਵਨੀਤ ਕੁੰਡਲ ਜੀ, ਆਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅਸੀਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ਦੀ ਸਰਚ ਕਰ ਰਹੇ ਹਾਂ। ਰੇਲਵੇ ਸਟੇਸ਼ਨਾਂ 'ਤੇ ਅੱਜ ਸਾਰੇ ਪੰਜਾਬ 'ਚ ਸਰਚ ਚੱਲ ਰਹੀ ਹੈ ਵੀ ਤਾਂ ਕਿ ਕੋਈ ਮਾੜਾ ਅਨਸਰ ਆ ਕੇ ਰੇਲਵੇ ਸਟੇਸ਼ਨਾਂ 'ਤੇ ਕੋਈ ਚੀਜ਼ ਇਹੋ ਜਿਹੀ ਨਾ ਰੱਖ ਦੇ, ਗੈਰ ਵਸਤੂ ਚੀਜ਼ ਜਿਹਦੇ ਨਾਲ ਪਬਲਿਕ ਦਾ ਕਿਸੇ ਦਾ ਨੁਕਸਾਨ ਹੋ ਸਕੇ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਵੀ ਲੋਕ ਬਿਨਾਂ ਡਰ ਭੈਅ ਤੋਂ ਵੋਟ ਪਾ ਸਕਣ, ਇਸ ਕਰਕੇ ਅਸੀਂ ਅੱਜ ਰੇਲਵੇ ਸਟੇਸ਼ਨ ਸਾਰਾ ਚੈੱਕ ਕੀਤਾ ਹੈਗਾ। ਸਰ ਕੁਛ ਕੋਈ ਇਸ ਤਰ੍ਹਾਂ ਰਿਕਵਰੀ ਵਗੈਰਾ ਕੁਛ ਅਜੇ ਕੋਈ ਸਾਹਮਣੇ ਆਇਆ ਕੁਛ? ਨਹੀਂ ਅਜੇ ਨਹੀਂ, ਅਜੇ ਓਪਰੇਸ਼ਨ ਸਾਡਾ ਚੱਲ ਰਿਹਾ। ਜਿਵੇਂ ਇੱਥੇ ਖੰਡਰ ਕੁਆਟਰ ਬਣੇ ਪਏ ਨੇ, ਖੰਡਰ ਗੋਦਾਮ ਬਣੇ ਪਏ ਨੇ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ, ਸਰਚ ਕਰ ਰਹੇ ਹਾਂ, ਕੋਈ ਉੱਥੇ ਵੀ ਮਾੜਾ ਅਨਸਰ ਨਾ ਬੈਠਾ ਹੋਵੇ, ਕੋਈ ਨਸ਼ੇ ਵਾਲਾ ਨਾ ਹੋਵੇ, ਇਸ ਕਰਕੇ ਅਸੀਂ ਸਾਰੇ ਪਾਸੇ ਇਸ ਦੀ ਸਰਚ ਕਰ ਰਹੇ ਹਾਂ। ਸ਼੍ਰੀਮਤੀ ਐਸਐਸਪੀ ਸਾਹਿਬ ਅਵਨੀਤ ਕੁੰਡਲ ਜੀ, ਆਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅਸੀਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ਦੀ ਸਰਚ ਕਰ ਰਹੇ ਹਾਂ। ਰੇਲਵੇ ਸਟੇਸ਼ਨਾਂ 'ਤੇ ਅੱਜ ਸਾਰੇ ਪੰਜਾਬ 'ਚ ਸਰਚ ਚੱਲ ਰਹੀ ਹੈ ਵੀ ਤਾਂ ਕਿ ਕੋਈ ਮਾੜਾ ਅਨਸਰ ਆ ਕੇ ਰੇਲਵੇ ਸਟੇਸ਼ਨਾਂ 'ਤੇ ਕੋਈ ਚੀਜ਼ ਇਹੋ ਜਿਹੀ ਨਾ ਰੱਖ ਦੇ, ਗੈਰ ਵਸਤੂ ਚੀਜ਼ ਜਿਹਦੇ ਨਾਲ ਪਬਲਿਕ ਦਾ ਕਿਸੇ ਦਾ ਨੁਕਸਾਨ ਹੋ ਸਕੇ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਵੀ ਲੋਕ ਬਿਨਾਂ ਡਰ ਭੈਅ ਤੋਂ ਵੋਟ ਪਾ ਸਕਣ, ਇਸ ਕਰਕੇ ਅਸੀਂ ਅੱਜ ਰੇਲਵੇ ਸਟੇਸ਼ਨ ਸਾਰਾ ਚੈੱਕ ਕੀਤਾ ਹੈਗਾ। ਸਰ ਕੁਛ ਕੋਈ ਇਸ ਤਰ੍ਹਾਂ ਰਿਕਵਰੀ ਵਗੈਰਾ ਕੁਛ ਅਜੇ ਕੋਈ ਸਾਹਮਣੇ ਆਇਆ ਕੁਛ? ਨਹੀਂ ਅਜੇ ਨਹੀਂ, ਅਜੇ ਓਪਰੇਸ਼ਨ ਸਾਡਾ ਚੱਲ ਰਿਹਾ। ਜਿਵੇਂ ਇੱਥੇ ਖੰਡਰ ਕੁਆਟਰ ਬਣੇ ਪਏ ਨੇ, ਖੰਡਰ ਗੋਦਾਮ ਬਣੇ ਪਏ ਨੇ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ, ਸਰਚ ਕਰ ਰਹੇ ਹਾਂ, ਕੋਈ ਉੱਥੇ ਵੀ ਮਾੜਾ ਅਨਸਰ ਨਾ ਬੈਠਾ ਹੋਵੇ, ਕੋਈ ਨਸ਼ੇ ਵਾਲਾ ਨਾ ਹੋਵੇ, ਇਸ ਕਰਕੇ ਅਸੀਂ ਸਾਰੇ ਪਾਸੇ ਇਸ ਦੀ ਸਰਚ ਕਰ ਰਹੇ ਹਾਂ। ਸ਼੍ਰੀਮਤੀ ਐਸਐਸਪੀ ਸਾਹਿਬ ਅਵਨੀਤ ਕੁੰਡਲ ਜੀ, ਆਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅਸੀਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ਦੀ ਸਰਚ ਕਰ ਰਹੇ ਹਾਂ। ਰੇਲਵੇ ਸਟੇਸ਼ਨਾਂ 'ਤੇ ਅੱਜ ਸਾਰੇ ਪੰਜਾਬ 'ਚ ਸਰਚ ਚੱਲ ਰਹੀ ਹੈ ਵੀ ਤਾਂ ਕਿ ਕੋਈ ਮਾੜਾ ਅਨਸਰ ਆ ਕੇ ਰੇਲਵੇ ਸਟੇਸ਼ਨਾਂ 'ਤੇ ਕੋਈ ਚੀਜ਼ ਇਹੋ ਜਿਹੀ ਨਾ ਰੱਖ ਦੇ, ਗੈਰ ਵਸਤੂ ਚੀਜ਼ ਜਿਹਦੇ ਨਾਲ ਪਬਲਿਕ ਦਾ ਕਿਸੇ ਦਾ ਨੁਕਸਾਨ ਹੋ ਸਕੇ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਵੀ ਲੋਕ ਬਿਨਾਂ ਡਰ ਭੈਅ ਤੋਂ ਵੋਟ ਪਾ ਸਕਣ, ਇਸ ਕਰਕੇ ਅਸੀਂ ਅੱਜ ਰੇਲਵੇ ਸਟੇਸ਼ਨ ਸਾਰਾ ਚੈੱਕ ਕੀਤਾ ਹੈਗਾ। ਸਰ ਕੁਛ ਕੋਈ ਇਸ ਤਰ੍ਹਾਂ ਰਿਕਵਰੀ ਵਗੈਰਾ ਕੁਛ ਅਜੇ ਕੋਈ ਸਾਹਮਣੇ ਆਇਆ ਕੁਛ? ਨਹੀਂ ਅਜੇ ਨਹੀਂ, ਅਜੇ ਓਪਰੇਸ਼ਨ ਸਾਡਾ ਚੱਲ ਰਿਹਾ। ਜਿਵੇਂ ਇੱਥੇ ਖੰਡਰ ਕੁਆਟਰ ਬਣੇ ਪਏ ਨੇ, ਖੰਡਰ ਗੋਦਾਮ ਬਣੇ ਪਏ ਨੇ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ, ਸਰਚ ਕਰ ਰਹੇ ਹਾਂ, ਕੋਈ ਉੱਥੇ ਵੀ ਮਾੜਾ ਅਨਸਰ ਨਾ ਬੈਠਾ ਹੋਵੇ, ਕੋਈ ਨਸ਼ੇ ਵਾਲਾ ਨਾ ਹੋਵੇ, ਇਸ ਕਰਕੇ ਅਸੀਂ ਸਾਰੇ ਪਾਸੇ ਇਸ ਦੀ ਸਰਚ ਕਰ ਰਹੇ ਹਾਂ।